ਪੰਜਾਬੀ ਟੋਟੇ ਹੁਣ ਫੇਸ ਵਿੱਚ ਨਾਲ ਦਿਨ ਜੈਸਾ ਕਿ ਤੁਸੀਂ ਜਾਣਦੇ ਹੋ ਕਿ ਚੈਂਪੀਅਨ ਟਰਾਫੀ ਦੇ ਵਿੱਚ ਪਾਕਿਸਤਾਨ ਨੂੰ ਇੰਜ ਕੁੱਟ ਪਈ ਹੈ ਜਿਵੇਂ ਜਲੂਸ ਦੇ ਵਿੱਚ ਪੁਲਿਸ ਕੋਲੋਂ ਡੰਡੇ ਪੈਂਦੇ ਨੇ ਔਰ ਅੱਜ ਸ਼ਾਹਦ ਅਫਰੀਦੀ ਕੋਲੋਂ ਪੁੱਛਾਂਗੇ ਕਿ ਇਹ ਚੈਂਪੀਅਨ ਟਰਾਫੀ ਹਾਰਨ ਦੀ ਵਜ੍ਹਾ ਕੀ ਹੈ ਔਰ ਇੰਨੀ ਗਰਮੀ 'ਚ ਇਹਨਾਂ ਦੇ ਵੈਲਵਟ ਦਾ ਕੋਟ ਪਾਉਣ ਦੀ ਵਜ੍ਹਾ ਕੀ ਮਾੜਾ ਪਹਿਲੇ ਕੋਟ ਕੀ ਵਜ੍ਹਾ ਬਤਾ ਦੂੰ ਕਿ ਤੁਹਾਨੂੰ ਪਤਾ ਹੈ ਕਿ ਹਮ ਪਠਾਨ ਹੈ ਔਰ ਪਠਾਨ ਗਰਮੀ ਮੇ ਕੋਟ ਤੋ ਕਿਆ ਮੋਢੇ ਪੇ ਕਲੀਨ ਪਾ ਕੇ ਤੋ ਬੇਚਨ ਨਿਕਲ ਜਾਤਾ ਹੈ ਔਰ ਉਨਕੇ ਮੋਢੇ ਪੇ ਪਿੱਥ ਵੀ ਨਹੀਂ ਨਿਕਲਦਾ ਦੂਸਰੀ ਗੱਲ ਮੈਂ ਚੇਤਾ ਕਰਾ ਦਿੰਦਾ ਕਿ ਪਾਕਿਸਤਾਨ ਚੈਂਪੀਅਨ ਟਰਾਫੀ ਕਿਉਂ ਹਾਰਿਆ ਜੀ ਕੀ ਵਜ੍ਹਾ ਸੀ ਮੇਰਾ ਖਿਆਲ ਹੈ ਜੋ ਵੀ ਚੈਂਪੀਅਨ ਟਰਾਫੀ ਗੁਜ਼ਰੀ ਹੈ ਤੁਮ ਉਸਕੀ ਬਾਤ ਕਰ ਰਿਹਾ ਕਿਉਂਕਿ ਇਤਨੀ ਟਰਾਫੀਆਂ ਹਾਰਿਆ ਕਿ ਸਮਝ ਨਹੀਂ ਆਦੀ ਕਿਸ ਕੀ ਬਾਤ ਕਰੇ ਇਹ ਜਿਹੜੀ ਹੁਣੇ ਹਾਰਿਆ ਮੈਂ ਇਹਦੀ ਗੱਲ ਕਰ ਰਿਹਾ ਜਿਹੜੀਆਂ ਪਿਛਲੀਆਂ ਹਾਰਿਆ ਇਹਦੇ 'ਚ ਆਵਾਮ ਕੋਲੋਂ ਤਸੱਲੀ ਕਰਾ ਚੁੱਕੇ ਟੀਮ ਕਾ ਤਸੱਲੀ ਅਭੀ ਹੁਆ ਹੀ ਨਹੀਂ ਤਸੱਲੀ ਹੁਆ ਹੋਤਾ ਤੋ ਇਹ ਕਿਉਂ ਹਾਰਦੇ ਬਹਰਹਾਲ ਛੋੜੋ ਇਨ ਬਾਤੋਂ ਕੋ ਕਾਵਾ ਮਗਾਓ ਤੁਮ ਦੋਨੋਂ ਭਰਾ ਬੈਠ ਕੇ ਪੀਤੇ